ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਗੋਲੀਆਂ ਚੱਲੀਆਂ ਨੇ। ਅਦਾਲਤ ਜੰਗ ਦਾ ਮੈਦਾਨ ਬਣੀ ਹੈ। ਦੋ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਕੁੱਲ 4 ਰਾਊਂਡ ਫਾਇਰ ਕੀਤੇ ਗਏ ਨੇ। ਦੱਸ ਦੇ ਕਿ ਰਿਟਾਇਰਡ IG ਸਹੁਰੇ ਦੇ ਵੱਲੋਂ IRS ਜਵਾਈ ਦਾ ਕਤਲ ਕੀਤਾ ਗਿਆ। 4 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਪਹਿਲਾਂ ਬਹਿਸ ਹੋਈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਸਹੁਰੇ ਦੇ ਵੱਲੋਂ ਆਪਣੇ IRS ਜਵਾਈ ਦਾ ਕਤਲ ਕੀਤਾ ਗਿਆ। ਦੋਵੇਂ ਜਾਣੇ ਪੁਲਿਸ ਦੇ ਨਾਲ ਸੰਬੰਧਿਤ ਨੇ। ਇੱਕ ਪੁਲਿਸ ਦਾ ਅਫਸਰ ਰਹਿ ਚੁੱਕਿਆ ਸਹੁਰਾ ਜਿਸ ਨੇ ਆਪਣੇ ਜਵਾਈ ਦਾ ਕਤਲ ਕੀਤਾ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਕੋਰਟ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਇਸ ਵਾਰਦਾਤ ਨੂੰ ਲੈ ਕੇ ਕੋਰਟ ਦੀ ਸੁਰੱਖਿਆ 'ਤੇ ਸਵਾਲ ਉੱਠੇ ਨੇ ਕਿ ਆਖਿਰਕਾਰ ਇੰਨੀ ਚੈਕਿੰਗ ਦੇ ਬਾਵਜੂਦ ਇਹ ਹਥਿਆਰ ਅੰਦਰ ਕਿਵੇਂ ਲੈ ਕੇ ਦਾਖਲ ਹੋਏ ਨੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਜੋ ਅਦਾਲਤ ਹੈ ਉੱਥੇ ਗੋਲੀਆਂ ਚੱਲੀਆਂ ਨੇ। ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੇਵਾ ਮੁਕਤ IG ਸਹੁਰੇ ਨੇ ਆਪਣੇ IRS ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਗੋਲੀਆਂ ਚੱਲੀਆਂ ਨੇ। ਅਦਾਲਤ ਜੰਗ ਦਾ ਮੈਦਾਨ ਬਣੀ ਹੈ। ਦੋ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਕੁੱਲ 4 ਰਾਊਂਡ ਫਾਇਰ ਕੀਤੇ ਗਏ ਨੇ। ਦੱਸ ਦਈਏ ਕਿ ਰਿਟਾਇਰਡ IG ਸਹੁਰੇ ਦੇ ਵੱਲੋਂ IRS ਜਵਾਈ ਦਾ ਕਤਲ ਕੀਤਾ ਗਿਆ। 4 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਪਹਿਲਾਂ ਬਹਿਸ ਹੋਈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਸਹੁਰੇ ਦੇ ਵੱਲੋਂ ਆਪਣੇ IRS ਜਵਾਈ ਦਾ ਕਤਲ ਕੀਤਾ ਗਿਆ। ਦੋਵੇਂ ਜਾਣੇ ਪੁਲਿਸ ਦੇ ਨਾਲ ਸੰਬੰਧਿਤ ਨੇ। ਇੱਕ ਪੁਲਿਸ ਦਾ ਅਫਸਰ ਰਹਿ ਚੁੱਕਿਆ ਸਹੁਰਾ ਜਿਸ ਨੇ ਆਪਣੇ ਜਵਾਈ ਦਾ ਕਤਲ ਕੀਤਾ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਕੋਰਟ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਇਸ ਵਾਰਦਾਤ ਨੂੰ ਲੈ ਕੇ ਕੋਰਟ ਦੀ ਸੁਰੱਖਿਆ 'ਤੇ ਸਵਾਲ ਉੱਠੇ ਨੇ ਕਿ ਆਖਿਰਕਾਰ ਇੰਨੀ ਚੈਕਿੰਗ ਦੇ ਬਾਵਜੂਦ ਇਹ ਹਥਿਆਰ ਅੰਦਰ ਕਿਵੇਂ ਲੈ ਕੇ ਦਾਖਲ ਹੋਏ ਨੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਜੋ ਅਦਾਲਤ ਹੈ ਉੱਥੇ ਗੋਲੀਆਂ ਚੱਲੀਆਂ ਨੇ। ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੇਵਾ ਮੁਕਤ IG ਸਹੁਰੇ ਨੇ ਆਪਣੇ IRS ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਗੋਲੀਆਂ ਚੱਲੀਆਂ ਨੇ। ਅਦਾਲਤ ਜੰਗ ਦਾ ਮੈਦਾਨ ਬਣੀ ਹੈ। ਦੋ ਧਿਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ। ਕੁੱਲ 4 ਰਾਊਂਡ ਫਾਇਰ ਕੀਤੇ ਗਏ ਨੇ। ਦੱਸ ਦਈਏ ਕਿ ਰਿਟਾਇਰਡ IG ਸਹੁਰੇ ਦੇ ਵੱਲੋਂ IRS ਜਵਾਈ ਦਾ ਕਤਲ ਕੀਤਾ ਗਿਆ। 4 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਪਹਿਲਾਂ ਬਹਿਸ ਹੋਈ ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਸਹੁਰੇ ਦੇ ਵੱਲੋਂ ਆਪਣੇ IRS ਜਵਾਈ ਦਾ ਕਤਲ ਕੀਤਾ ਗਿਆ। ਦੋਵੇਂ ਜਾਣੇ ਪੁਲਿਸ ਦੇ ਨਾਲ ਸੰਬੰਧਿਤ ਨੇ। ਇੱਕ ਪੁਲਿਸ ਦਾ ਅਫਸਰ ਰਹਿ ਚੁੱਕਿਆ ਸਹੁਰਾ ਜਿਸ ਨੇ ਆਪਣੇ ਜਵਾਈ ਦਾ ਕਤਲ ਕੀਤਾ। ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਕੋਰਟ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਔਰ ਇਸ ਵਾਰਦਾਤ ਨੂੰ ਲੈ ਕੇ ਕੋਰਟ ਦੀ ਸੁਰੱਖਿਆ 'ਤੇ ਸਵਾਲ ਉੱਠੇ ਨੇ ਕਿ ਆਖਿਰਕਾਰ ਇੰਨੀ ਚੈਕਿੰਗ ਦੇ ਬਾਵਜੂਦ ਇਹ ਹਥਿਆਰ ਅੰਦਰ ਕਿਵੇਂ ਲੈ ਕੇ ਦਾਖਲ ਹੋਏ ਨੇ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 43 ਦੇ ਵਿੱਚ ਜੋ ਅਦਾਲਤ ਹੈ ਉੱਥੇ ਗੋਲੀਆਂ ਚੱਲੀਆਂ ਨੇ। ਸਹੁਰੇ ਦੇ ਵੱਲੋਂ ਆਪਣੇ ਜਵਾਈ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਸੇਵਾ ਮੁਕਤ IG ਸਹੁਰੇ ਨੇ ਆਪਣੇ IRS ਜਵਾਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ।